ਤਰਨਤਾਰਨ ਦੇ ਚੋਲਾ ਸਾਇਮਨ ਖੇਤਰ ਦੇ ਤਿੰਨ ਪਿੰਡਾਂ ਚੱਬਾ ਕੰਬੋਤ ਔਨਟਾਈ ਵਾਲਾ ਦੇ ਕਿਸਾਨਾਂ ਨੂੰ ਬਿਆਸ ਦਰਿਆ ਦੇ ਪਾਣੀ ਦੀ ਲਗਾਤਾਰ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਰਸਾਤਾਂ ਦੇ ਮੌਸਮ ਦੇ ਵਿੱਚ ਦਰਿਆ ਦੇ ਵਿੱਚ ਆਏ ਵਾਧੂ ਪਾਣੀ ਦੇ ਕਾਰਨ ਜਿੱਥੇ ਉਹਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ ਜਿਸ ਦਾ ਉਹਨਾਂ ਨੂੰ ਹਲੇ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ ਉਥੇ ਹੀ ਹੁਣ ਹਰੀਕੇ ਹੈੱਡ ਤੇ ਪਾਣੀ ਦੀ ਡਾਫ ਲੱਗਣ ਦੇ ਕਾਰਨ ਉਹਨਾਂ ਦੇ ਖੇਤਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਪਾਣੀ ਪੈਣ ਦੇ ਕਾਰਨ ਕਣਕ ਦੀ ਫਸਲ ਬੀਜ ਨਹੀਂ ਸਕੇ ਅਤੇ ਉਹਨਾਂ ਕਿਸਾਨਾਂ ਨੇ ਦੱਸਿਆ ਕਿ ਤਿੰਨਾਂ ਪਿੰਡਾਂ ਦੀ 5000 ਏਕੜ ਦੇ ਕਰੀਬ ਜ਼ਮੀਨ ਪਾਣੀ ਦੀ ਮਾਰ ਹੇਠਾਂ ਆ ਗਈ ਹੈ ਅਤੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਜੋ ਪਾਣੀ ਤੁਸੀਂ ਦੇਖ ਰਹੇ ਹੋ ਇਹ ਦਰਿਆ ਨਹੀਂ ਕਿਸਾਨਾਂ ਦੇ ਖੇਤਾਂ ਹੈ। ਜਿੱਥੇ ਬਿਆਸ ਦਰਿਆ ਦਾ ਪਾਣੀ ਹਰੀਕੇ ਹੈੱਡ ਵਰਕਸ ਤੇ ਡਾਫ ਲੱਗਣ ਦੇ ਕਾਰਨ ਓਵਰਫਲੋ ਹੋਣ ਦੇ ਕਾਰਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਆਵੜਿਆ ਹੈ। ਜੀ ਹਾਂ, ਤਰਨਤਾਰਨ ਦੇ ਚੋਹਲਾ ਸਾਹਿਬ ਮੰਡ ਖੇਤਰ ਦੇ ਪਿੰਡ ਚੰਬਾ, ਕੰਬੋ ਅਤੇ ਧੁੰਨ ਟਾਈ ਵਾਲੇ ਦੇ ਕਿਸਾਨਾਂ ਨੂੰ ਅਕਸਰ ਹੀ ਬਿਆਸ ਦਰਿਆ ਦੇ ਕਹਿਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਿਛਲੀਆਂ ਬਰਸਾਤਾਂ ਦੇ ਸੀਜ਼ਨ ਦੇ ਵਿੱਚ ਦਰਿਆ ਵਿੱਚ ਆਏ ਫालतू ਪਾਣੀ ਦੇ ਕਾਰਨ ਕਿਸਾਨਾਂ ਦੀ ਝੋਨੇ ਦੀ ਬੀਜੀ ਗਈ ਫਸਲ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਈ ਸੀ। ਬੇਸ਼ੱਕ ਸਰਕਾਰ ਦੇ ਵੱਲੋਂ ਉਹਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਸੀ ਮੁਆਵਜ਼ਾ ਤਾਂ ਮਿਲਿਆ ਨਹੀਂ ਅਤੇ ਹੁਣ ਪਿਛਲੇ ਲੰਮੇ ਸਮੇਂ ਤੋਂ ਹਰੀਕੇ ਹੈੱਡ ਤੇ ਪਾਣੀ ਦੀ ਡਾਫ ਲੱਗਣ ਦੇ ਕਾਰਨ ਬਿਆਸਤ ਦਰਿਆ ਦਾ ਪਾਣੀ ਉੱਛਲ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਦਾਖਲ ਹੋਣ ਦੇ ਕਾਰਨ ਖੇਤ ਦਰਿਆ ਦਾ ਰੂਪ ਧਾਰਨ ਕਰ ਗਏ ਨੇ ਜਿਸ ਕਾਰਨ ਕਿਸਾਨ ਹੁਣ ਕਣਕ ਦੀ ਫਸਲ ਦੀ ਬਿਜਾਈ ਨਹੀਂ ਕਰ ਸਕਣਗੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਤਿੰਨ ਪਿੰਡਾਂ ਦੀ 5000 ਏਕੜ ਦੇ ਕਰੀਬ ਜ਼ਮੀਨ ਪਾਣੀ ਦੀ ਮਾਰ ਹੇਠਾਂ ਆਈ ਹੋਈ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਹਰ ਸਾਲ ਮਾਰੀ ਜਾ ਰਹੀ ਫਸਲ ਦੇ ਚਲਦਿਆਂ ਕਰਜ਼ਾਈ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਉਹਨਾਂ ਦੇ ਮਸਲੇ ਦਾ ਕੋਈ ਵੀ ਹੱਲ ਨਾ ਕੀਤਾ ਗਿਆ ਤਾਂ ਆਪਣੀ ਜ਼ਮੀਨ ਸਰਕਾਰ ਨੂੰ ਵੇਚਣ ਦੇ ਲਈ ਤਿਆਰ ਨਹੀਂ ਪੀੜਤ ਕਿਸਾਨਾਂ ਨੇ ਉਹਨਾਂ ਦੇ ਹੋਏ ਨੁਕਸਾਨ ਦੇ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ ਸਾਡੇ ਤਿੰਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਆ ਇਹ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ ਨਾ ਝੋਨਾ ਨਾ ਕਣਕ ਹੁੰਦੀ ਆ ਕਿਉਂਕਿ ਹਰੀ ਕੋਈ ਤੋਂ ਹੈਡ ਵਰਕਸ ਤੋਂ ਰਾਸਤਾ ਨੂੰ ਨਹਿਰਾ ਕੱਢਦੇ ਜੇ ਨਿਕਲਿਆ ਉਹਨਾਂ ਨੂੰ ਪਾਣੀ ਦੇ ਰਿਹਾ ਉਹਨੇ ਡਾਫ ਕਰਕੇ ਸਾਡੇ ਪਿੱਛੇ ਪਾਣੀ ਆ ਜਾਂਦਾ ਆ ਦਰਿਆ ਇਸੇ ਘਰ ਉੱਛਲ ਰਿਹਾ ਵਾ ਤੇ ਸਾਨੂੰ ਭਰੋਸੇ ਜੋ ਕੁਸੀਲਾ ਨੂੰ ਵੀ ਪਤਾ ਲੱਗਾ ਵਾ ਕਿ ਸਤਲੁਜ ਦਰਿਆ ਦਾ ਪਾਣੀ ਜਿਹੜਾ ਵਾ 7% ਉਹ ਬਿਆਸ ਛੱਡਿਆ ਵਾ ਜੀਦਾ ਕਰਕੇ ਜੜੀ ਓਵਰਫਲੋ ਹੋ ਰਹੀ ਆ ਉਹਦਾ ਕਰਕੇ ਵੀ ਸਾਨੂੰ ਸਮੱਸਿਆ ਆ ਰਹੀ ਆ ਜੇ 7% ਪਾਣੀ ਜਿਹੜਾ ਵਾ ਉਹ ਸਤਲੁਜ ਛੱਡਿਆ ਜਾਵੇ ਸਾਡਾ ਹੋਸਾਦਾ ਉਹਨਾਂ ਕੋਈ ਫਰਕ ਪੈ ਨਹੀਂ ਪਰ ਅਜੇ ਤੱਕ ਸਰਕਾਰ ਕੇ ਇਹਨੇ ਕੁਛ ਨਹੀਂ ਕੀਤਾ ਜਦੋਂ ਇਲੈਕਸ਼ਨ ਸੀਗੀ ਉਦੋਂ ਤਿੰਨਾਂ ਪਾਰਟੀਆਂ ਦੇ ਬੰਦੇ ਆਏ ਇੱਥੇ ਭਗਵੰਤ ਮਾਨ ਵੀ ਆਇਆ ਰਵਿੰਦਰ ਵੀ ਆਇਆ ਪਰੰਪਰਾ ਦੇ ਨਾਲ ਸਿੱਕੀ ਸਾਹਿਬ ਵੀ ਆਏ ਆ ਉਦੋਂ ਸਭ ਕੋ ਵੇਖ ਕੇ ਸਾਨੂੰ ਯਕੀਨ ਦਿਵਾ ਗਏ ਅਸੀਂ ਆ ਕਰਾਂਗੇ ਆ ਕਰਾਂਗੇ ਉਸ ਤੋਂ ਬਾਅਦ ਜਦੋਂ ਸਾਡੀ ਝੋਨੇ ਦੀ ਜਿਹੜੀ ਫਸਲ ਡੁੱਬ ਗਈ ਆ ਮਰ ਗਈ ਆ ਉਹਦਾ ਅਜੇ ਤੱਕ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਹੁਣ ਕਣਕ ਜਿਹੜੀ ਆ ਉਹ ਵੀ ਨਹੀਂ ਬੀਜੀ ਗਈ ਤੇ ਕਿਸਾਨ ਕੀ ਕਰਨਗੇ ਖੁਦਕਸ਼ੀਆਂ ਨਾ ਕਰਨਗੇ ਤਾਂ ਕੀ ਕਰਨਗੇ ਤਰਨਤਾਰਨ ਤੋਂ ਵਿਜੇ ਹੈਪੀ ਦੀ ਰਿਪੋਰਟ ਕੇਟੀਵੀ